सश्रीकाल मैं अपनीत कौर ते तुसी वेख रहे हो फैक्ट न्यूज़। स्वागत कर दिया थोड़ा शो खेड मैदान दे विच। इस शो विच आपां खेड तो जुड़िया तमाम खबरां ते गल करदे आ। तुहानू दस दईए कि बीते दिन होए पंजाब ते गुजरात दे मैच विच पंजाब ने गुजरात नू हरा के पॉइंट्स टेबल विच वड्डी फेरबदल कीती है। ते आओ तुहानू दस दे आ की है नवी रैंकिंग। IPL 2024 दा 17वां मैच अहमदाबाद दे नरेंद्र मोदी स्टेडियम विच पंजाब किंग्स अते गुजरात टाइटन्स विचकार खेडिया गया। रिकॉर्ड बनाते हुए पंजाब ने गुजरात नूं 3 विकटां नाल हरा दिता। इस जित नाल पंजाब टीम सैशन च 200 दौरा दे टिच्चे दा पिछा करन वाली पहली टीम बन गई। इस तों बाद पंजाब अंक सूची विच 5वें स्थान ते आ गई, जबकि हारन वाली गुजरात टाइटन्स दी खेड खराब हो गई। घरेलू मैदान ते मैच हारन वाली गुजरात टाइटन्स दी खेड अंक सूची च बिगड़ गई। सीजन दी अपनी दूजी जित नाल पंजाब ने 4 अंक 0.220 दी रन रेट दित्ती। गुजरात दे भी 4 अंक हन, पर खराब रन रेट दे कारण ओ पंजाब तो बिल्कुल हेठ डिग गया। कोलकाता नाइट राइडर्स, जिसने अपने सारे मैच जीते हैं, प्लस 2.518 दी शानदार रन रेट नाल सूची विच शिखर ते है। फिर राजस्थान रॉयल्स दूजे नंबर ते है। राजस्थान ने भी हुण तक अपने 3 मैच जीते हैं, हालांकि उसकी रन रेट प्लस 1.249 है। इस तो बाद 3 चो 4 जीतने वाली चेन्नई सुपर किंग तीजे अते लखनऊ सुपर जायंट्स चौथे नंबर ते है। चेन्नई दी रन रेट प्लस 0.976 अते लखनऊ दी 0.483 है, जिस कारण दोवां दी स्थिति विच अंतर है। इस तो बाद अगे वधदे होए सनराइजर्स 2 अंकां नाल 7वें नंबर ते है। रॉयल चैलेंजर्स बैंगलोर 8वें नंबर ते है अते दिल्ली कैपिटल्स 9वें नंबर ते है। आखिर विच मुंबई इंडियंस 10वें नंबर ते डिग गई है। ਇਦਾਂ ਦੀਆਂ ਤਮਾਮ ਖੇਡ ਤੋਂ ਜੁੜੀਆਂ ਖਬਰਾਂ ਲਈ ਸਾਡੇ ਨਾਲ ਬਣੇ ਰਹੋ ਫੈਕਟ ਨਿਊਜ਼ ਤੇ। ਧੰਨਵਾਦ। ਸਤਿ ਸ਼੍ਰੀ ਅਕਾਲ, ਮੈਂ ਭਵਨੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਫੈਕਟ ਨਿਊਜ਼। ਸਵਾਗਤ ਕਰਦੀ ਆ ਤੁਹਾਡਾ ਸ਼ੋ ਖੇਡ ਮੈਦਾਨ ਦੇ ਵਿੱਚ। ਇਸ ਸ਼ੋ ਵਿੱਚ ਆਪਾਂ ਖੇਡ ਤੋਂ ਜੁੜੀਆਂ ਤਮਾਮ ਖਬਰਾਂ ਤੇ ਗੱਲ ਕਰਦੇ ਆ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੋਏ ਪੰਜਾਬ ਤੇ ਗੁਜਰਾਤ ਦੇ ਮੈਚ ਵਿੱਚ ਪੰਜਾਬ ਨੇ ਗੁਜਰਾਤ ਨੂੰ ਹਰਾ ਕੇ ਪੁਆਇੰਟਸ ਟੇਬਲ ਵਿੱਚ ਵੱਡੀ ਫੇਰਬਦਲ ਕੀਤੀ ਹੈ। ਤੇ ਆਓ ਤੁਹਾਨੂੰ ਦੱਸਦੇ ਆ ਕੀ ਹੈ ਨਵੀਂ ਰੈਂਕਿੰਗ। IPL 2024 ਦਾ 17ਵਾਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਸ ਅਤੇ ਗੁਜਰਾਤ ਟਾਈਟਨਸ ਵਿਚਕਾਰ ਖੇਡਿਆ ਗਿਆ। ਰਿਕਾਰਡ ਬਣਾਉਂਦੇ ਹੋਏ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪੰਜਾਬ ਟੀਮ ਸੈਸ਼ਨ 'ਚ 200 ਦੌਰਾ ਦੇ ਟਿੱਚੇ ਦਾ ਪਿੱਛਾ ਕਰਨ ਵਾਲੀ ਪਹਿਲੀ ਟੀਮ ਬਣ ਗਈ। ਇਸ ਤੋਂ ਬਾਅਦ ਪੰਜਾਬ ਅੰਕ ਸੂਚੀ ਵਿੱਚ 5ਵੇਂ ਸਥਾਨ ਤੇ ਆ ਗਈ, ਜਦਕਿ ਹਾਰਨ ਵਾਲੀ ਗੁਜਰਾਤ ਟਾਈਟਨਸ ਦੀ ਖੇਡ ਖਰਾਬ ਹੋ ਗਈ। ਘਰੇਲੂ ਮੈਦਾਨ ਤੇ ਮੈਚ ਹਾਰਨ ਵਾਲੀ ਗੁਜਰਾਤ ਟਾਈਟਨਸ ਦੀ ਖੇਡ ਅੰਕ ਸੂਚੀ 'ਚ ਵਿਗੜ ਗਈ। ਸੀਜ਼ਨ ਦੀ ਆਪਣੀ ਦੂਜੀ ਜਿੱਤ ਨਾਲ ਪੰਜਾਬ ਨੇ 4 ਅੰਕ 0.220 ਦੀ ਰਨ ਰੇਟ ਦਿੱਤੀ। ਗੁਜਰਾਤ ਦੇ ਵੀ 4 ਅੰਕ ਹਨ, ਪਰ ਖਰਾਬ ਰਨ ਰੇਟ ਦੇ ਕਾਰਨ ਉਹ ਪੰਜਾਬ ਤੋਂ ਬਿਲਕੁਲ ਹੇਠ ਡਿੱਗ ਗਿਆ। ਕੋਲਕਾਤਾ ਨਾਈਟ ਰਾਈਡਰਸ, ਜਿਸਨੇ ਆਪਣੇ ਸਾਰੇ ਮੈਚ ਜਿੱਤੇ ਹਨ, ਪਲੱਸ 2.518 ਦੀ ਸ਼ਾਨਦਾਰ ਰਨ ਰੇਟ ਨਾਲ ਸੂਚੀ ਵਿੱਚ ਸ਼ਿਖਰ ਤੇ ਹੈ। ਫਿਰ ਰਾਜਸਥਾਨ ਰਾਇਲਸ ਦੂਜੇ ਨੰਬਰ ਤੇ ਹੈ। ਰਾਜਸਥਾਨ ਨੇ ਵੀ ਹੁਣ ਤੱਕ ਆਪਣੇ 3 ਮੈਚ ਜਿੱਤੇ ਹਨ, ਹਾਲਾਂਕਿ ਉਸਦੀ ਰਨ ਰੇਟ ਪਲੱਸ 1.249 ਹੈ। ਇਸ ਤੋਂ ਬਾਅਦ 3 ਚੋਂ 4 ਜਿੱਤਣ ਵਾਲੀ ਚੇਨਈ ਸੁਪਰ ਕਿੰਗ ਤੀਜੇ ਅਤੇ ਲਖਨਊ ਸੁਪਰ ਜਾਇੰਟਸ ਚੌਥੇ ਨੰਬਰ ਤੇ ਹੈ। ਚੇਨਈ ਦੀ ਰਨ ਰੇਟ ਪਲੱਸ 0.976 ਅਤੇ ਲਖਨਊ ਦੀ 0.483 ਹੈ, ਜਿਸ ਕਾਰਨ ਦੋਵਾਂ ਦੀ ਸਥਿਤੀ ਵਿੱਚ ਅੰਤਰ ਹੈ। ਇਸ ਤੋਂ ਬਾਅਦ ਅੱਗੇ ਵਧਦੇ ਹੋਏ ਸਨਰਾਈਜ਼ਰਸ 2 ਅੰਕਾਂ ਨਾਲ 7ਵੇਂ ਨੰਬਰ ਤੇ ਹੈ। ਰਾਇਲ ਚੈਲੰਜਰਸ ਬੈਂਗਲੌਰ 8ਵੇਂ ਨੰਬਰ ਤੇ ਹੈ ਅਤੇ ਦਿੱਲੀ ਕੈਪੀਟਲਸ 9ਵੇਂ ਨੰਬਰ ਤੇ ਹੈ। ਆਖਿਰ ਵਿੱਚ ਮੁੰਬਈ ਇੰਡੀਅਨਸ 10ਵੇਂ ਨੰਬਰ ਤੇ ਡਿੱਗ ਗਈ ਹੈ। ਇਦਾਂ ਦੀਆਂ ਤਮਾਮ ਖੇਡ ਤੋਂ ਜੁੜੀਆਂ ਖਬਰਾਂ ਲਈ ਸਾਡੇ ਨਾਲ ਬਣੇ ਰਹੋ ਫੈਕਟ ਨਿਊਜ਼ ਤੇ। ਧੰਨਵਾਦ।